अस्सलाम वालेकुम जनाब, क्या हाल चाल है? ठीक ठाक हो? बढ़िया सब, ठीक है। आज असं जा रहे हैं जी पीरदगी मोड़ 171 16 वाले शहर से। इंशाल्लाह सारा वीडियो तो करवाएंगे, तो वीडियो के सारे नाल रहो, दुकानदार ना भी गपशप लवाएंगे, इंशाल्लाह सारे ना तो ना गपशप लवाएंगे जी। जनाब ये इलाका जे तुहानू किसी भागल दा इलाका जे, ते पीर जगी तो तकरीबन आधा किलोमीटर पिछे नू, ये भी तरीकी इलाका है। लोग पीर जगी मोड़ नू घट जाते हैं, भागल नू ज़्यादा जाते हैं। एक बाढ़ भी है, हल जा रही है। ए सारा नज़ारा जड़ा है भागल अड्डे का जो, ते ए पीर जगीश मोड़ तो पहले तो बनया हुआ है, लेकिन तरक्की नहीं कर सकया। लोग भागल नू ज़्यादा जानते हैं। अगर क्या जावे जी पीर जगी मोड़ कड़ी जगह, तो वह नहीं पता लगता। भागल का दसो तो वह जल्दी जनाब पता लग जाता। ये अड्डा है सही, लेकिन छोटा अड्डा है। ठीक हो गया, ये तुसी देख रहे हो। ए जनाब लोग बैठे ने, ठीक हो गया। ए भाई जे कुर्सी पर बैठे ने इस साइड से चादर वाले, ये साढ़े गाहक ने। इन्हों की दुकान है बिजली की, तो हाथों पैरों तो बेचारे मजदूर ने, लेकिन फिर भी अपना जरा निज़ाम रेडी पे ने, बैठ के कुछ खेद वगैरह अगर काम कर लेंगे ने, ये अपना बैठ के धुंधा धुंधा कर लेंगे ने। ठीक हो गया, तो इस तो बाद जनाब तुम होर की दिखाइए। ये सारे इलाके इंशाल्लाह अगे जावे, अगे भी थोड़ा इलाका विखावे, नाल इलाके की तुम हिस्टरी दसागे, तो साढ़े नाल जुड़े रहो। इंशाल्लाह वीडियो बड़ी मज़ेदार है। नैक्सट अगों इंशाल्लाह तुम सारा वीडियो का जो रिकॉर्ड है वो तुम दिखावे। वो बिस्मिल्लाह ट्रेडर वाले ने जनाब है साढ़े से ऑटो सर्विस ਰਾਏ ਖਲ ਲੱਦ ਕੇ ਭਾਈ ਜਾ ਰਹੇ ਨੇ, ਇਹ ਨਿਜ਼ਾਮ ਕਿਦਾਂ ਹੈ ਭਾਈ ਜਾਨ? ਇਹ ਇਲਾਕਾ ਜਨਾਬ ਪੀਰ ਜੱਗੀ ਮੋੜ ਦਾ ਸ਼ੁਰੂ ਹੋ ਰਿਹਾ ਜੇ, ਦੇਖ ਰਹੇ ਹੋ ਤੁਸੀਂ। ਇੱਥੇ ਕਾਫੀ ਜ਼ਿਆਦਾ ਕੰਮ ਹੋਇਆ ਹੋਇਆ, ਤਰੱਕੀ ਹੋਈ ਹੈ, ਇੱਕ ਸ਼ਹਿਰ ਦਾ ਸ਼ਹਿਰ ਹੀ ਬਣ ਗਿਆ। ਪਹਿਲੇ ਇੱਕ ਛੋਟਾ ਜਿਹਾ ਅੱਡਾ ਹੁੰਦਾ ਸੀ, ਠੀਕ ਹੋ ਗਿਆ। ਸਾਰਾ ਇਲਾਕਾ ਜਿਹੜਾ ਪੀਰ ਜੱਗੀ ਮੋੜ ਦਾ ਹੀ ਹੈ। साइड ते कर ला यार इनू, हेलो जी, चेक करो ये सारी गड़दार जगी मोड़ की गड़दार है भाई जान। इस बार बंदा जरा देखता पाया जे, ए बंदा जनाब दुकानदार है, इन्हू लुट रहे हैं, फिर अगे चलते हैं। ये पीर जगी मोड़ तो अगला इलाका शुरू हो गया जे, ये जनाब 71-72 वाली सैन जावे असी। इतने एक बहुत दुकानदार है जी, और जो सानू वेखदा तो तुर हो जाता है। अज पता नहीं बैठा है कि नहीं बैठा, चाचा उस्मान चाचा है नहीं भाई अज भी है जनाब, साकब इलैक्ट्रिकल बंदा है। हाँ जी, और उस तो इलावा जनाब सारा सूरत हाल सर आप लोग देख रहे हैं।
ਕਾ ਚਾਚਾ ਬੈਠਾ ਏ, ਵਿਹਲਾ ਚਾਚਾ। ਲੈ ਜਨਾਬ ਆਵਾਮ ਹਟ ਰਹੀ ਹੈ, ਸਾਰੀ ਤਾਰੀ ਕੰਮ ਪੈ ਗਿਆ ਜੀ। ਗੌਰਮੈਂਟ ਗਰਲ ਪ੍ਰਾਇਮਰੀ ਸਕੂਲ ਭਲਵਾਨ, ਸਾਈਕਲ ਵਰਕਸ ਡਾਕਟਰ ਯਾਹਿਆ। ਅੱਛਾ ਜੀ, ਫਿਰ ਅੱਗੇ ਆ ਜਾਂਦਾ ਹੈ ਹੈਲਥ ਕੇਅਰ ਸੈਂਟਰ। ਅੱਛਾ ਜੀ, ਫਿਰ ਅੱਗੇ ਲਓ ਜੀ, ਬੋਰ ਘਰ ਸਰੋਂ ਭਾਜੀ, ਡੰਗਰ ਵੱਜੇ 12 ਵਜੇ। Thank you.
ਲੱਗਦਾ ਜੀ 16 ਤੱਕ ਦਾ ਇਲਾਕਾ ਮੇਰੇ ਖਿਆਲ ਸ਼ੁਰੂ ਹੋ ਗਿਆ। ਉਹ ਸਾਨੂੰ 16 ਵਾਲੇ ਕਬਰਸਤਾਨ ਹੈ ਜਿਹਦੇ ਮੁਸਲਮਾਨ ਕਰਦਾ ਭਾਅ ਪੱਠੇ ਵੱਟ ਰਿਹਾ ਜੀ। ਸਾਹਮਣੇ ਅਮਰੂਦ ਸ਼ਮਰੂਦਾਂ ਦੇ ਬੂਟੇ ਨੇ ਭਾਅ ਜੀ, ਤਿੰਨ ਚੋਰੀ ਤੋੜਨੇ ਹੁਣ ਪਹੁੰਚ ਰਹੇ। ਸਿੱਧੀ ਕਿਆ ਹਾਲ ਹੈ? ਸਿੱਧੀ ਆਉਂਦੀ ਪਈ ਹੈ, ਸਿੱਧੀ ਆਈ ਹੈ। ਸਿੱਧੀ ਕਿਆ ਹਾਲ ਹੈ? ਉਸਤਾਦ ਕਿੱਥਾਂ ਹੈ? ਉਸਤਾਦ ਕਿੱਥਾਂ ਹੈ? ਤੁਹਾਨੂੰ ਮਾਹੌਲ ਵਿਖਾਉਣ ਲੱਗੇ ਭਾਅ ਜੀ। ਇਹ ਜਨਾਬ ਜਿਹੜੀ ਮਸ਼ੀਨ ਹੈ, ਇਹ ਡੱਬੇ ਦੇ ਵਿੱਚ ਮਸ਼ੀਨ ਬਣਾਈ ਹੋਈ, ਹੋਲਡਰ ਲਾਇਆ ਹੋਇਆ ਵਾ। ਇਹ ਬੱਚੇ ਜਦੋਂ ਕਢਾਉਂਦੇ ਆ ਨਾ ਜਨਾਬ, ਅਤੇ ਉਹ ਆਂਡੇ ਵਾਲੇ ਬੱਚੇ ਇਹਦੇ ਵਿੱਚ ਪਾ ਦਿੰਦੇ। 100 ਵਾਟ ਜਾਂ 200 ਵਾਟ ਦਾ ਸ਼ੀਸ਼ੇ ਵਾਲਾ ਬੱਲਬ ਲੱਗਦਾ, ਉਹ ਹੀਟ ਪੂਰੀ ਰੱਖਦਾ। ਠੀਕ ਹੋ ਗਿਆ। ਇਸ ਤੋਂ ਬਾਅਦ ਇੱਕ ਥੱਲੇ ਮਸ਼ੀਨ ਆਉਂਦੀ ਹੈ, ਉਹ ਵੀ ਤੁਹਾਨੂੰ ਵਿਖਾਉਂਦੇ ਹਾਂ। ਆਉਂਦਾ ਪਿਆ ਵਾ, ਇੱਕ ਇਹ ਮਸ਼ੀਨ ਲਾਲਾ ਜੀ ਬਣੀ ਹੋਈ ਹੈ। ਠੀਕ ਹੋ ਗਿਆ। ਇਹਦੇ ਵਿੱਚ ਇਹ ਦੇਖੋ, ਇਹ ਸਿਸਟਮ ਲੱਗਿਆ ਹੋਇਆ ਜਨਾਬ। ਉਹ ਪੱਖਾ ਹੈ ਪਰਲਾ, ਹਾਂ, ਇਹ ਕਿਹਦੇ ਵਾਸਤੇ? ਇਹ ਬੱਲਬ, ਇਹ ਪੱਖਾ ਸ਼ੱਖਾ ਜਨਾਬ। ਇਹਦੇ ਵਿੱਚ ਅੰਡੇ, ਇਹਦੇ ਵਿੱਚ ਅੰਡੇ ਪਾ ਕੇ ਰੱਖੇ ਦਿੰਦੇ, ਹਾਂ, ਅੰਡੇ ਪੈਂਦੇ, ਟਰੇਵਾਂ ਲਾ ਕੇ ਅੰਡੇ ਪਾ ਕੇ ਰੱਖ ਦਿੰਦੇ ਆ, ਅਤੇ ਇਹ ਜਨਾਬ ਬੱਚੇ ਬਣਦੇ ਆ ਇਹਦੇ ਇਹਦੇ ਵਿੱਚ। ਇੱਕ ਮਸ਼ੀਨ ਇਹ ਵੀ ਪਈ, ਇਹ ਕਿਹੜੀ ਸ਼ਾਇਦ ਹੀ ਹੈ? ਇਹ ਵੀ ਬੱਚਿਆਂ ਵਾਲੀ ਮਸ਼ੀਨ ਹੈ ਸਰਕਾਰ, ਇਹਨੂੰ ਖੋਲ੍ਹੇ। ਇਹ ਦੇਖੋ, ਇਹ ਜਨਾਬ ਇਹਦੇ ਵਿੱਚ ਕਿੰਨੇ ਅੰਡੇ ਤਕਰੀਬਨ ਪੈ ਜਾਂਦੇ ਨੇ? 450 ਅੰਡਾ ਜਨਾਬ ਇੱਕ ਟਾਈਮ 'ਤੇ। ਇਹ ਥੱਲੇ ਜਨਾਬ ਸਿਸਟਮ ਲੱਗਿਆ ਹੋਇਆ, ਆਟੋ ਵਾਲਾ ਬਿਜਲੀ 'ਤੇ ਵੀ, ਬੈਟਰੀ 'ਤੇ ਵੀ ਜਨਾਬ ਦੋਵਾਂ ਸਿਸਟਮ ਕਰਦਾ ਰਹਿੰਦਾ। ਕਿਹੜੀ ਇਹ ਬੋਰਡ? ਇਹ ਕਿਹੜੀ ਚੀਜ਼ ਵਾਸਤੇ? ਹੈਂ? ਨਮੀ ਤੇ ਇਹ ਸਿਸਟਮ ਤੁਹਾਨੂੰ ਅਸੀਂ ਵਿਖਾਇਆ ਹੈ, ਬੱਚੇ ਕੱਢਣ ਵਾਲੀ ਮਸ਼ੀਨ ਦਾ ਜਿਹੜਾ ਹੈ। ਔਰ ਸਰਕਾਰ ਹਾਜੀ ਰਹੀਮ ਬਖਸ਼ ਮੋਢਾ, ਇਹ ਜਨਾਬ ਮੁਸਤਕ ਹੈ ਮੋਢਾ।
ਗੁਲਦਾਨ ਦੇਖੋ ਜਨਾਬ ਕਿੰਨੀ ਕਣਕ ਪਈ ਹੈ ਇੱਥੇ ਜ਼ਰੀ ਪਾਕਿਸਤਾਨ ਗੌਰਮੈਂਟ ਦੀ ਫਾਸਲਿਆਂ ਦੇ ਬੂਟੇ ਲੈ ਠੀਕ ਹੋ ਗਿਆ ਫਾਸਲੇ ਲੈਣ ਵਾਸਤੇ ਜਨਾਬ ਸੋਲਰ ਵਾਲੀਆਂ ਪਲੇਟਾਂ 'ਚ ਜਨਾਬ ਪਿਆ ਜੀ ਸੋਲਰ ਵਾਲੇ ਸਿਸਟਮ ਲੈਟਾਂ ਅਤੇ ਨਾਲ ਹੀ ਬੋਰ ਲੱਗਿਆ ਹੋਏਗਾ ਆਪਾਂ ਜਨਾਬ ਅੰਗੂਰ ਦੀਆਂ ਵੇਲਾਂ ਸਾਰੀਆਂ ਘੁੱਟ ਰਹੀਆਂ ਦੁਬਾਰਾ ਆਹ
ਬੂਟਾ ਸੋਪਰ ਆਇਆ ਜੀ ਕਿੰਨਾ ਜਨਾਬ ਅੰਬਾਂ ਦੇ ਬੂਟੇ ਜਾਮੂਆਂ ਦੇ ਬੂਟੇ ਅਮਰੂਦਾਂ ਦੇ ਬੂਟੇ ਯਾਰ ਖੜੇ ਨੇ ਸਾਰਾ ਨਾਕਾ ਲਾਉਣ ਦੇ ਵੇਖੋ ਕਿੱਥੇ ਜਾ ਕੇ ਵਾਹ ਨੇ ਕੋਠੀ ਬਣਾਈ ਨਜ਼ਰ ਆ ਰਹੀ ਟਿੱਬਿਆਂ ਦੇ ਵਿੱਚ ਐਸੇ ਆਵਾਮ ਕੋਲ ਪੜੇ ਅਮਰਾਨ ਖਾਨ ਇਹਨਾਂ ਦੀ ਪੈਰ ਦੇ ਪੁੱਟ ਕੇ ਅਮਰਾਨ ਖਾਨ ਕਹਿੰਦਾ ਉਹਨਾਂ ਨੂੰ ਜੇ ਕੱਢਿਆ ਤਾਂ ਮੈਂ ਹੋਰ ਭੈੜਾ ਹੋ ਜਾਵਾਂਗਾ ਤੇਰੇ ਵਾਸਤੇ ਨਾਲ ਜੀ ਸੋਲੰਗੀ ਬਣਾਇਆ ਇੱਥੇ ਕੋਠੀ ਵਾਲਾ ਪਰ ਨਾਲ ਡੰਗਰ ਵੀ ਬੰਨਿਆ ਜੀ ਦੇਖੋ ਜੀ ਆਹ ਦੋ ਲੰਬ ਖੜੇ ਆ
ਹਰ ਦਵਾ ਇੱਦਾਂ ਘੁਮਾ ਦਿੰਦਾ ਆਇਆ।